मैं क्या सी, मैं क्या तुसी कत्ती दे कत्ती इत्थे लैन च खड़ा लो, थोनू थोड़े विचों दो चार नू छड़ के थोनू कुत्ता नहीं जानदा। गल है कि लखा सधाणा बई, लखे दे नाल सी नाल हां नाल रहांगे। अज जथेबंदियां वड्डे दिल करन, आ सुंगड़ियां सुंगड़ियां दिलियां ना रखन, वड्डे दिल करके निकलन। ਤੁਹਾਨੂੰ ਧੜ ਤੋਂ ਨਹੀਂ ਸ਼ਬਦਾਂ ਤੇ ਕੰਟਰੋਲ ਲੈਂਦਾ, ਸਟੇਜ ਤੇ ਨਾ ਬੋਲੋ, ਤੁਸੀਂ ਸਿਰਫ ਮੀਟਿੰਗਾਂ 'ਚ ਅਗਵਾਈ ਕਰੋ, ਸਟੇਜ ਤੇ ਨਾ ਕੋਈ ਅਗਵਾਈ ਕਰੋ। ਪਰ ਜਦੋਂ ਇੱਕ ਸਾਡੇ ਭਰਾ ਨੂੰ ਸਰਕਾਰ ਨੇ ਟ੍ਰੈਪ 'ਚ ਫਸਾ ਲਿਆ ਤੇ ਜਦੋਂ ਗਲਤੀ ਦਾ ਪਤਾ ਲੱਗਿਆ, ਉਹਨਾਂ ਨੂੰ ਉਸ ਭਰਾ ਨੂੰ ਵੱਖ ਨਹੀਂ ਕੀਤਾ ਜਾਣਾ ਚਾਹੀਦਾ। ਬੰਬੇ ਵਾਲੇ ਦਾ ਵਿਰੋਧ ਕਰਦੇ ਹਾਂ, ਹੁਣ ਵੀ ਕਰਦੇ ਹਾਂ ਤੇ ਠੋਕ ਕੇ ਕਰਦੇ ਹਾਂ। ਚੁੱਪ ਸੀ ਤਾਂ ਜੋ ਵੀ ਆਪਾਂ ਸੰਘਰਸ਼ ਜਿੱਤ ਲਈਏ, ਫਿਰ ਬੋਲਾਂਗੇ। ਜਿਹੜੀ ਵਿੱਚੋਂ ਕੰਧ ਸੀ, ਦੋ ਸਟੇਜਾਂ ਸੀ, ਅੱਜ ਉਹ ਲੋੜ ਹੈ ਕਿ ਉਹ ਕੰਧ ਵੀ ਹਟਾ ਕੇ ਸਟੇਜ ਵੀ ਇੱਕ ਕਰ ਦਿਓ ਤੁਸੀਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨੀ ਸੰਘਰਸ਼ ਲਈ ਲੜ ਰਹੇ ਹਾਂ ਚੜ੍ਹਦੀ ਕਲਾ। ਮੈਂ ਕੋਈ ਵੀ ਕਮੈਂਟ ਮੇਰਾ ਕਰਤੇ ਆ, ਮੇਰੀ ਗੱਲ ਜ਼ਰੂਰ ਸੁਣਿਓ ਧਿਆਨ ਨਾਲ, ਜਿਹੜੀ ਮੇਰੇ ਉੱਤੇ ਕੈਪਸ਼ਨ ਆ ਤੁਸੀਂ ਪੜ੍ਹ ਲਓ ਕੀ ਗੱਲ ਮੈਂ ਕਰਨੀ ਚਾਹੁੰਦਾ। ਗੱਲ ਹੈ ਕਿ ਲੱਖਾ ਸਧਾਣਾ ਬਈ, ਲੱਖੇ ਦੇ ਨਾਲ ਸੀ ਨਾਲ ਹਾਂ ਨਾਲ ਰਹਾਂਗੇ। ਜਿਹੜੀ ਗੱਲ ਹੈ ਕਿ ਹੁਣ ਜਿਹੜੇ ਮੇਰੇ ਉਹ ਵੀਡੀਓ 'ਤੇ ਬਹੁਤ ਸਾਥ ਵੀ ਹੈ ਅਤੇ ਮੈਨੂੰ ਗੱਦਾਰੀ ਅਤੇ ਮੇਰੀ ਥੱਲੇ ਕਮੈਂਟਾਂ 'ਚ ਮਾਵਾਂ ਭੈਣਾਂ ਤੱਕ ਦੀਆਂ ਗਾਲਾਂ ਜਿਹੜੀਆਂ ਵੀ ਆਪਣੀ ਕਿਹੜੀ ਮਰਿਆਦਾ 'ਚ ਕੱਢੀਆਂ ਜਾ ਰਹੀਆਂ, ਉੱਥੇ ਇੱਕ ਗੱਲ ਜ਼ਰੂਰ ਸੁਣਿਓ। ਲੱਖਾ ਦਾ ਉਹਦੇ 'ਚ ਕੋਈ ਰੋਲ ਨਹੀਂ ਹੈ, ਲੱਖੇ ਨੂੰ ਪਤਾ ਨਹੀਂ ਸੀ, ਲੱਖਾ ਤਾਂ ਚਿੰਤਾ 'ਚ ਸੀ ਜਦੋਂ ਲੋਕ ਲਾਲ ਕਿਲੇ ਜਾਂਦੇ ਸੀ। ਅਤੇ ਬਾਕੀ ਕੁਝ ਬੰਦੇ ਆਪਣੇ, ਚਾਹੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਚਾਹੇ ਆਪਣੇ ਡਾਕਟਰ ਸਾਹਿਬ ਨੇ ਸਾਰੇ, ਕਿਉਂਕਿ ਉਹ ਇਕੱਠੇ ਉਹ ਸਰਕਾਰ ਦੇ ਟ੍ਰੈਪ 'ਚ ਫਸੇ ਅਤੇ ਇਹਦੇ ਬੰਬੇ ਵਾਲੇ ਦੇ ਟ੍ਰੈਕ 'ਚ ਫਸੇ। ਬੰਬੇ ਵਾਲੇ ਦਾ ਵਿਰੋਧ ਕਰਦੇ ਹਾਂ, ਹੁਣ ਵੀ ਕਰਦੇ ਹਾਂ ਅਤੇ ਠੋਕ ਕੇ ਕਰਦੇ ਹਾਂ। ਚੁੱਪ ਸੀ ਤਾਂ ਜੋ ਵੀ ਆਪਾਂ ਸੰਘਰਸ਼ ਜਿੱਤ ਲਈਏ, ਫਿਰ ਬੋਲਾਂਗੇ। ਹੁਣ ਜਿਹੜੀ ਗੱਲ ਕਰਨ ਵਾਲੀ ਆ ਉਹ ਸੁਣਿਓ। ਇਸ ਟਾਈਮ ਗੱਲ ਇਹ ਹੈ, ਗਲਤੀਆਂ ਸਭ ਤੋਂ ਹੋਈਆਂ ਨੇ ਸਾਰੀਆਂ ਜਥੇਬੰਦੀਆਂ ਹਰ ਤੋਂ, ਕਿਉਂਕਿ ਬਹੁਤ ਵੱਡਾ ਮੋਰਚਾ, ਗਲਤੀਆਂ ਹੋ ਜਾਂਦੀਆਂ ਨੇ ਪਰ ਉਹ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੁੰਦਾ, ਉਹਨਾਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਹੁੰਦਾ। ਇਸ ਟਾਈਮ ਜਿਹੜੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਉਹ ਕਿਸੇ ਤੋਂ ਵੀ ਮੁੱਖ ਨਾ ਮੋੜਨ, ਅੱਜ ਮੁੰਡਿਆਂ ਨੂੰ ਸਾਰਿਆਂ ਨੂੰ, ਅੱਜ ਨੌਜਵਾਨੀ ਨੂੰ, ਅੱਜ ਤੁਹਾਨੂੰ, ਅੱਜ ਲੱਖੇ ਬਾਈ ਨੂੰ, ਸਭ ਨੂੰ ਤੁਹਾਡੀ ਲੋੜ ਹੈ ਅਤੇ ਤੁਹਾਨੂੰ ਸਾਡੀ ਲੋੜ ਹੈ, ਸਾਰੀ ਨੌਜਵਾਨੀ ਦੀ, ਲੱਖੇ ਦੀ, ਕਲਾਕਾਰਾਂ ਦੀ, ਸਭ ਦੀ ਨੌਜਵਾਨੀ ਨੂੰ ਲੋੜ ਹੈ, ਪੰਜਾਬ ਨੂੰ ਲੋੜ ਹੈ, ਤੁਹਾਡੀ ਸਾਨੂੰ ਲੋੜ ਹੈ, ਸਾਨੂੰ ਤੁਹਾਡੀ ਲੋੜ ਹੈ। ਹੁਣ ਤੁਸੀਂ ਇੱਕ ਰਹੋ, ਇੱਕਜੁੱਟ ਹੋਵੋ। ਆਪਾਂ ਕਿਸਾਨ ਆਪਣਾ ਮੋਰਚਾ ਪਹਿਲਾਂ ਨਾਲੋਂ ਵੱਡਾ ਹੋ ਗਿਆ, ਪਹਿਲੇ 26 ਤੋਂ ਬਾਅਦ ਦੋ ਦਿਨ ਮਾਯੂਸੀ ਸੀ, ਬਹੁਤ ਕੁਛ ਸੀ, ਬਹੁਤ ਦਿਲ 'ਚ ਉਬਾਲ ਸਨ, ਪਰ ਗਲਤੀਆਂ ਤੁਸੀਂ ਵੀ ਕੀਤੀਆਂ ਉਹਦੇ 'ਚ। ਹੁਣ ਇਹ ਕੀ ਹੈ, ਮੇਰੀ ਗੱਲ ਸੁਣੋ ਧਿਆਨ ਨਾਲ ਬਾਈ ਜੀ, ਧਿਆਨ ਨਾਲ ਸੁਣਿਓ ਸਾਰੇ। ਮੇਰੀ ਜਥੇਬੰਦੀਆਂ ਨੂੰ ਅਪੀਲ ਹੈ, ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ, ਜਦੋਂ ਦੋ ਸਕੇ ਭਰਾ ਅੱਡ ਹੁੰਦੇ ਨੇ ਤਾਂ ਘਰ ਦੇ ਵਿੱਚ ਕੰਧ ਵੀ ਕੱਢੀ ਜਾਂਦੀ ਹੈ। ਉਹ ਕੰਧ ਕੱਢੀ ਜਾਂਦੀ ਹੈ ਪਰ ਉਹ ਕਈ ਵਾਰ ਆਪਾਂ ਖੇਤੀ ਇਕੱਠੇ ਹੋ ਕੇ ਕਰਦੇ ਹਾਂ, ਉਵੇਂ ਸੀ, ਆਪਣੀਆਂ ਸਟੇਜਾਂ ਦੋ ਸੀ ਪਰ ਆਪਾਂ ਕੰਮ ਕੀ ਕਰ ਰਹੇ ਸੀ, ਬਿੱਲ ਰੱਦ ਕਰਾਉਣ ਲਈ। ਪਰ ਜਦੋਂ ਇੱਕ ਸਾਡੇ ਭਰਾ ਨੂੰ ਸਰਕਾਰ ਨੇ ਟ੍ਰੈਪ 'ਚ ਫਸਾ ਲਿਆ ਅਤੇ ਜਦੋਂ ਗਲਤੀ ਦਾ ਪਤਾ ਲੱਗਿਆ, ਉਹਨਾਂ ਨੂੰ ਉਸ ਭਰਾ ਨੂੰ ਵੱਖ ਨਹੀਂ ਕੀਤਾ ਜਾਣਾ ਚਾਹੀਦਾ। ਅਤੇ ਉਦੋਂ ਬਾਅਦ ਜਦੋਂ ਸਰਕਾਰ ਤੁਹਾਡੇ 'ਤੇ ਹਮਲੇ ਕਰਦੀ ਹੈ, ਇੱਟਾਂ ਰੋਲੇ ਚਲਾਉਂਦੀ ਹੈ, ਉਦੋਂ ਬਾਅਦ ਸਾਡੇ ਦਿਲ ਏਡੇ ਹੋਣੇ ਚਾਹੀਦੇ। ਉਹ ਭਰਾਵਾਂ ਨੂੰ ਜਿਹੜੀ ਵਿੱਚੋਂ ਕੰਧ ਸੀ, ਦੋ ਸਟੇਜਾਂ ਸੀ, ਅੱਜ ਉਹ ਲੋੜ ਹੈ ਕਿ ਉਹ ਕੰਧ ਵੀ ਹਟਾ ਕੇ ਸਟੇਜ ਵੀ ਇੱਕ ਕਰ ਦਿਓ ਤੁਸੀਂ। ਲੜਨ ਤਾਂ ਲਾਉਣ ਨਾਲੋਂ, ਤੁਹਮ ਤਾਂ ਲਾਉਣ ਨਾਲੋਂ, ਇੱਕ ਕਿਸੇ ਨੂੰ ਕੋਈ ਵੀ ਖਿਤਾਬ ਦੇਣ ਨਾਲੋਂ, ਗਲਤੀਆਂ ਹੋਈਆਂ ਸਭ ਤੋਂ ਹੋਈਆਂ, ਉਹ ਸਾਰੀਆਂ ਨੂੰ ਸਮਝ ਕੇ ਸਰਕਾਰ ਦੀ ਚਾਲ, ਸਾਡਾ ਦੁਸ਼ਮਣ ਸਰਕਾਰ ਹੈ ਸਾਡੀ, ਸਾਡਾ ਦੁਸ਼ਮਣ ਬਹੁਤ ਵੱਡਾ ਹੈ। ਅਸੀਂ ਜਿਵੇਂ ਭਰਾ ਸਕੇ ਪੀੜ ਪੈਣ 'ਤੇ, ਭੀੜਾਂ ਪੈਣ 'ਤੇ ਘਰਾਂ 'ਚੋਂ ਕੰਧਾਂ ਢਾ ਕੇ ਇਕੱਠੇ ਹੋ ਜਾਂਦੇ ਨੇ, ਅੱਜ ਸਾਨੂੰ ਉਵੇਂ ਇਕੱਠੇ ਹੋਣ ਦੀ ਲੋੜ ਹੈ। ਇਹ ਕੰਧ ਢਾ ਕੇ ਅੱਜ ਸਟੇਜ ਹੀ ਇੱਕ ਕਰ ਲਓ, ਉਸ ਸਟੇਜ 'ਤੇ ਨਹੀਂ ਜਾਣਾ, ਇਸ ਸਟੇਜ 'ਤੇ ਜਾਣਾ, ਮੁੱਦਾ ਖਤਮ ਕਰ ਦਿਓ, ਸਰਕਾਰ ਨੂੰ ਨੀਂਦ ਨਾ ਹਰਾਮ, ਸਰਕਾਰ ਦੀ ਨੀਂਦ ਹਰਾਮ ਹੋ ਜਾਵੇ ਕਿ ਇਹ ਇਕੱਠੇ ਹੋ ਗਏ ਆ। ਅਤੇ ਇਹਦੇ 'ਚ ਪਹਿਲ ਕਦਮੀ ਦੋਨਾਂ ਧਿਰਾਂ ਨੂੰ ਕਰਨੀ ਪੈਣੀ ਹੈ, ਸੰਯੁਕਤ ਮੋਰਚੇ ਨੂੰ ਵੀ ਕਰਨੀ ਪੈਣੀ ਹੈ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਵੀ ਕਰਨੀ ਪੈਣੀ ਹੈ। ਗਲਤੀਆਂ ਸਭ ਤੋਂ ਹੋਈਆਂ, ਉਹ ਗਲਤੀਆਂ ਨੂੰ ਪਰਦੇ ਪਾ ਕੇ ਅੱਗੇ ਵਧਣਾ ਪੈਣਾ। ਹਾਂ, ਮੈਂ ਸਾਰੀ ਨੌਜਵਾਨੀ ਨੂੰ ਕਹਿੰਦਾ, ਬੰਬੇ ਵਾਲੇ ਤੋਂ ਬਚ ਜਾਓ, ਗੱਦਾਰ ਆ, ਉਹਦੀਆਂ ਗੱਲਾਂ ਦੇ ਜਵਾਬ ਦੇਵਾਂਗੇ, ਪਰ ਆਹ ਟਾਈਮ ਇੱਕੇ 'ਚ ਰਹਿਣ ਦਾ, ਇਕੱਠੇ ਰਹਿਣ ਦਾ। ਅਤੇ ਸਾਰੇ ਮਜ਼ਦੂਰ ਆਪਣੇ ਯੂਨੀਅਨ ਲੱਖਾ ਉਹਦੀ ਸਪੋਰਟ ਕਰੋ, ਅੱਜ ਲੋੜ ਆ,
ਉਹਦੇ ਸਾਥ ਦੀ ਉਹਨੇ ਕੰਮ ਕੀਤਾ ਤੁਹਾਡੇ ਲਈ, ਉਹਨੇ ਕੰਮ ਕੀਤਾ ਪੰਜਾਬ ਨੌਜਵਾਨੀ ਲਈ, ਉਹਨੇ ਕੰਮ ਕੀਤਾ ਇਕੱਲੇ ਇਕੱਲੇ ਬੱਚੇ ਲਈ। ਉਹਦੀ ਸੋਚ ਮਾੜੀ ਨਹੀਂ ਹੈ। ਜਿਹੜਾ ਬੰਦਾ ਕ੍ਰਾਈਮ ਚੋਂ ਨਿਕਲ ਕੇ ਆਉਂਦਾ ਇਸ ਲੈਵਲ ਤੇ, ਤੇ ਉਹਦੀ ਭਾਵਨਾ ਕੀ ਹੋਊਗੀ? ਠੀਕ ਆ ਨਾ। ਅਸੀਂ ਤਾਂ ਉਹਨੂੰ ਕੱਲ ਨੂੰ ਵੱਡਾ ਪ੍ਰਮਾਤਮਾ ਕਰੇ ਲੀਡਰ ਬਣੇ, ਅਗਵਾਈ ਕਰੇ ਪੰਜਾਬ ਦੀ, ਬਹੁਤ ਕੰਮ ਕਰੇ। ਅੱਜ ਜਥੇਬੰਦੀਆਂ ਵੱਡੇ ਦਿਲ ਕਰਨ, ਆ ਸੁੰਗੜੀਆਂ ਸੁੰਗੜੀਆਂ ਦਿਲੀਆਂ ਨਾ ਰੱਖਣ, ਵੱਡੇ ਦਿਲ ਕਰਕੇ ਨਿਕਲਣ। ਤੇ ਜਿਹੜੇ ਲੋਕ ਮੈਨੂੰ ਕਾਮਰੇਡ ਪਤਾ ਨਹੀਂ ਵਿਕ ਗਿਆ ਦਲਾਲ, ਤੁਸੀਂ ਮੇਰੀ ਗੱਲ ਸੁਣੋ। ਮੈਂ ਉਹ ਬੰਦਾ ਸੀ ਜਿੱਦਣ ਸਭ ਤੋਂ ਪਹਿਲਾਂ ਸਟੇਜ ਤੇ, ਜਿਸ ਦਿਨ ਦਲਜੀਤ ਬਾਈ ਸਟੇਜ ਤੇ ਆਉਂਦਾ, ਮੈਂ ਕਿਹਾ ਸੀ ਜਥੇਬੰਦੀਆਂ ਨੂੰ, ਕਿਸੇ 'ਚ ਹਿੰਮਤ ਸੀ, ਮੈਂ ਕਿਹਾ ਸੀ, ਮੈਂ ਕਿਹਾ ਤੁਸੀਂ 31 ਦੇ 31 ਇੱਥੇ ਲੈਣ 'ਚ ਖੜਾ ਲਓ, ਤੁਹਾਨੂੰ ਤੁਹਾਡੇ ਵਿੱਚੋਂ 2-4 ਨੂੰ ਛੱਡ ਕੇ ਤੁਹਾਨੂੰ ਕੁੱਤਾ ਨਹੀਂ ਜਾਣਦਾ। ਜੇ ਚੰਗੇ ਕੰਮ ਕਰੋਗੇ, ਚੰਗਾ ਕੰਮ ਇੱਥੋਂ ਪਾਸ ਹੋ ਗਏ, ਤੁਹਾਨੂੰ ਲੋਕ ਹਾਰ ਪਾਉਣਗੇ, ਤੁਹਾਨੂੰ ਜਿਹਦੇ ਵੱਲ ਉਂਗਲ ਕਰੋਗੇ ਮਣ ਕਰੇ ਸਰਕਾਰ ਬਣਾ ਦਿਓ। ਪਰ ਇੱਥੇ ਤੁਸੀਂ ਕੋਈ ਗਲਤ ਸਟੈਪ ਲਾਓਗੇ, ਤੁਹਾਡੇ ਟੋਕੇ ਟੋਕਰਿਆਂ 'ਚ ਟੁਕੜੇ ਜਾਣਗੇ। ਅੱਜ ਵੀ ਉਹ ਬਿਆਨ ਵੀਡੀਓ ਪਈ ਹੈ, ਉਹ ਦੇਖੋ, ਮੈਂ ਹੀ ਸੀ ਉਦਣ ਬੋਲਿਆ ਸੀ, ਤੇ ਅੱਜ ਮੈਂ ਗੱਦਾਰ ਹੋ ਗਿਆ। ਜਿਹੜਾ ਸ਼ਰੇਆਮ ਜਥੇਬੰਦੀਆਂ ਨੂੰ ਕਹਿੰਦਾ ਸੀ, ਮੈਂ ਹੀ ਸੀ ਜਿਹਨੇ ਕਿਹਾ ਸੀ ਨੌਜਵਾਨੀ ਦੇ ਵਿੱਚ ਸਾਹਮਣੇ ਪਤਾ ਨਹੀਂ ਕਿੱਡੇ ਕਿੱਡੇ ਤਕੜੇ ਦਿਮਾਗ ਬੈਠੇ ਨੇ, ਇੱਥੇ ਇੱਕ ਸੁਝਾਅ ਬਾਕਸ ਲਾਓ ਸਟੇਜ ਤੇ, ਇੱਕ ਹੈਲਪਲਾਈਨ ਨੰਬਰ ਜਾਰੀ ਕਰੋ, ਹਰ ਬੰਦੇ ਦੇ ਸੁਝਾਅ ਦੇਖੋ, ਉਹਦੇ 'ਚ ਕੋਈ ਚੰਗਾ ਲੱਗਦਾ ਉਹਨੂੰ ਲਾਗੂ ਕਰੋ। ਤੇ ਮੈਂ ਹੀ ਕਿਹਾ ਸੀ, ਕੋਈ ਜਿਹੜਾ ਪ੍ਰੋਗਰਾਮ ਦਿੰਦੇ ਹੋ ਤਾਂ ਉਹਨੂੰ ਸੋਚ ਸਮਝ ਕੇ ਦਿਓ, ਤੇ ਉਦੋਂ ਬਾਅਦ ਮੁੜ ਕੇ ਪਿੱਛੇ ਨਾ ਹਟਣਾ ਪਵੇ। ਪਰ ਉਹ ਗਲਤੀਆਂ ਹੋਈਆਂ, ਉਹ ਗਲਤੀਆਂ ਤੋਂ ਪਿੱਛੇ ਹਟ ਕੇ ਹੁਣ ਵੱਡੇ ਹੋਵੋ। ਅੱਜ ਭਰਾ ਦੇ ਕੰਧ, ਉਹਨੂੰ ਲੋੜ ਆ ਤੁਹਾਡੀ ਕਿ ਉਹ ਕੰਧ ਢਾ ਕੇ ਇੱਕ ਹੋਵੋ। ਅੱਜ ਲੋੜ ਹੈ ਲੱਖੇ ਦੇ ਨਾਲ ਖੜਨ ਦੀ। ਲੱਖਾਂ ਤੇ ਕੋਈ ਆ ਚਾਹੁੰਦੀ ਹੈ ਤਾਂ ਫਿਰ ਸਾਡੇ ਤੇ ਵੀ ਆਊਗੀ। ਲੱਖੇ ਨਾਲ ਨਹੀਂ ਖੜੋਗੇ ਫਿਰ ਅਸੀਂ ਵੀ ਨਹੀਂ ਖੜਦੇ, ਪਰ ਭੱਜਦੇ ਨਹੀਂ। ਇੱਕ ਗੱਲ ਸੁਣੋ, ਜੇ ਤੁਸੀਂ ਸਾਰੀਆਂ ਜਥੇਬੰਦੀਆਂ ਏਕੇ ਦਾ ਸਬੂਤ ਨਹੀਂ ਦਿੰਦੀਆਂ, ਜੇ ਤੁਸੀਂ ਲੱਖੇ ਦੀ ਸਾਡੀਆਂ ਨੌਜਵਾਨੀਆਂ ਤੋਂ ਐਂ ਭੱਜਣ ਦੀ ਕੋਸ਼ਿਸ਼ ਕਰੋਗੇ। ਮੈਂ 2 ਦਿਨ ਲਈ ਪੰਜਾਬ ਹਾਂ, 1 ਤੇ 2 ਤਰੀਕ ਨੂੰ, 2 ਤਰੀਕ ਨੂੰ ਬਾਈ ਸਾਹਿਬ ਜੀ ਪਿੰਡ ਦੇ ਉੱਥੇ ਮੇਲਾ, ਸਾਰੀ ਨੌਜਵਾਨੀ ਨੂੰ ਹੋਰ ਖਿੱਚਣ ਲਈ ਦਿੱਲੀ ਵਾਸਤੇ ਕਰ ਰਹੇ ਹਾਂ ਕੰਮ, ਅਤੇ ਅੱਜ ਇੱਥੇ ਪੰਜਾਬ 'ਚ ਮੈਂ 3 ਤਰੀਕ ਨੂੰ ਮੈਂ ਭੁੱਖ ਹੜਤਾਲ 'ਤੇ ਬੈਠੂੰਗਾ। ਮੈਂ ਭੁੱਖ ਹੜਤਾਲ 'ਤੇ ਪਾਣੀ ਵੀ ਨਹੀਂ ਪੀਣਾ ਜੇ ਤੁਸੀਂ ਏਕੇ ਦਾ ਸਬੂਤ ਨਹੀਂ ਦਿੰਦੇ, ਅਤੇ ਜਾਂ ਕਿਸੇ ਬਾਈ ਲੱਖੇ ਨੂੰ, ਹਰ ਕਿਸੇ ਨੂੰ ਸਪੋਰਟ ਕਰੋ ਯਾਰ। ਤੁਸੀਂ ਬਾਕੀ ਮੇਰੀ ਗੱਲ ਸੁਣੋ, ਬਾਪੂ ਰਾਜੇ ਵਾਲ ਇੰਨਾ ਸਿਆਣਾ ਬੰਦਾ, ਤੋਂ ਤੁਸੀਂ ਜਦੋਂ ਮੀਟਿੰਗਾਂ ਕਰਦੇ ਹੋ ਬਹੁਤ ਚੰਗਾ ਕੰਮ ਕਰਦੇ ਹੋ ਸਟੇਜ 'ਤੇ, ਤੁਸੀਂ ਮਤਲਬ ਉੱਥੇ ਜਿਹੜਾ ਮੀਟਿੰਗਾਂ ਦੇ ਵਿੱਚ ਸਰਕਾਰ ਦੀ ਠੋਕਦੇ ਹੋ ਮੰਜੀ ਪੂਰੀ, ਪਰ ਸਟੇਜ 'ਤੇ ਤੁਹਾਨੂੰ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਤੁਸੀਂ 50-50 ਸਾਲ ਕੰਮ ਕਰ ਰਹੇ ਹੋ। ਰਾਜੇਵਾਲ ਸਾਹਿਬ, ਬਾਪੂ ਜੀ, ਤੁਸੀਂ ਕੀ ਬਿਆਨ ਦੇ ਦਿੰਦੇ ਹੋ? ਕੰਮ ਸਾਰਾ ਠੀਕ ਹੋਣ ਲੱਗਦਾ, ਇੱਕ ਹੋਣ ਲੱਗਦਾ, ਤੁਸੀਂ ਫਿਰ ਕੋਈ ਇਹੋ ਜਿਹਾ ਬਿਆਨ? ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਮੈਂ ਬਿਆਨ ਕੀ ਦੇਣਾ? ਮਾੜਾ ਮੋਟਾ ਜਿੱਥੋਂ ਦਿਲ ਤੇ ਉੱਥੇ ਦਿਮਾਗ ਵੀ ਵਰਤੋ। ਕਿਉਂ ਨੌਜਵਾਨੀ ਬੱਚਿਆਂ 'ਤੇ ਥਾਪੜਾ ਦੇਣਾ ਕਿ ਸਾਡੇ ਨਹੀਂ ਫਲਾਣਾ ਨਹੀਂ ਢਮਕਾਣਾ ਨਹੀਂ ਐਸੀ ਦੀ ਤੈਸੀ, ਜਿਹੜਾ ਕਹਿੰਦਾ ਸਾਡਾ ਨਹੀਂ। ਬਾਪੂ ਜੀ, ਤੁਹਾਡੀ ਇੱਜ਼ਤ ਆ, ਜਿਵੇਂ ਉਹ ਬਾਦਲ ਸਾਹਿਬ ਨੇ ਜਾਂਦੇ ਹੋਏ ਖੇਹ ਪੁਆਲੀ, ਖੇਹ ਨਾ ਪੁਆ ਲਿਓ। ਅੱਜ ਤੁਹਾਨੂੰ ਨਾਲ ਖੜਨ ਦੀ ਲੋੜ ਆ, ਅੱਜ ਤੁਹਾਨੂੰ ਨਾਲ ਖੜਨ ਦੀ ਲੋੜ ਹੈ। ਤੁਹਾਨੂੰ ਤੁਹਾਡੇ ਤੋਂ ਨਹੀਂ ਸ਼ਬਦਾਂ 'ਤੇ ਕੰਟਰੋਲ ਲੈਂਦਾ, ਸਟੇਜ 'ਤੇ ਨਾ ਬੋਲੋ, ਤੁਸੀਂ ਸਿਰਫ ਮੀਟਿੰਗਾਂ 'ਚ ਅਗਵਾਈ ਕਰੋ, ਸਟੇਜ 'ਤੇ ਨਾ ਕੋਈ ਅਗਵਾਈ ਕਰੋ। ਅਤੇ ਜਿਹੜੇ ਨੌਜਵਾਨ ਆਗੂ ਆ ਉਹ ਵੀ ਪਹਿਲਾਂ ਸੋਚ ਸਮਝ ਕੇ, ਤੁਹਾਡਾ ਕੰਮ ਲੋਕਾਂ ਦੇ ਦਿਲਾਂ 'ਚ ਚੀਸ ਠਾਣਾ ਹੈ, ਉਹ ਬਗਾਵਤ, ਆ ਫੁਕਰਿਆਂ ਵਾਲੀ ਬਗਾਵਤ ਨਾ ਮਾਰਿਆ ਕਰੋ ਸਟੇਜਾਂ ਤੋਂ, ਕਿਉਂਕਿ ਮੁੜ ਕੇ ਨੌਜਵਾਨੀ ਨੂੰ ਫਿਰ ਤੁਸੀਂ ਟਿਕਾਉਂਦੇ ਰਹਿੰਦੇ ਹੋ, ਫਿਰ ਭੱਜਦੇ ਹੋ। ਬਾਕੀ ਜੋ ਗਲਤੀਆਂ ਹੋ ਗਈਆਂ ਠੀਕ ਆ, ਜੋ ਸਭ ਨੇ ਗਲਤੀਆਂ ਕੀਤੀਆਂ, ਇੱਕ ਨੇ ਨਹੀਂ ਕੀਤੀ, ਇਕੱਲੇ ਇਕੱਲੇ ਬੰਦੇ ਨੇ ਗਲਤੀ ਕੀਤੀ ਆ, ਉਹ ਗਲਤੀਆਂ ਤੋਂ ਲਾ ਕੇ ਵੱਡੇ ਦਿਲੇ ਕੰਧ ਢਾਓ, ਭਰਾਵਾਂ ਦੀਆਂ ਕੰਧਾਂ ਢਾ ਕੇ ਹੁਣ ਇੱਕ ਹੋਣ ਦਾ ਵੇਲਾ ਹੈ। ਬਾਅਦ 'ਚ ਪੰਜਾਬ ਆ ਕੇ ਵੱਢ ਲਿਓ, ਮਾਰ ਲਿਓ, ਟੁੱਕ ਦਿਓ, ਗੱਦਾਰ ਜੋ ਮਰਜ਼ੀ ਕਿਸੇ ਨੂੰ ਕਹਿ ਲਿਓ, ਹਾਂ ਭਰਾਵੋ ਬਾਹਰ ਲਿਓ। ਮੇਰੇ ਸੱਜਣੋ ਭਰਾਓ, ਇਹ ਬੰਬੇ ਵਾਲੇ ਤੋਂ ਬਚ ਜਾਓ, ਐਕਟਰ ਹੈ ਐਕਟਰ, ਇਹ ਬਹੁਤ ਇਹਦੇ ਤੋਂ, ਇਹਦੇ ਨਾਲ ਸੀ, ਇਹਦਾ ਸਾਥ ਦਿੱਤਾ ਸੀ। 29 ਤਰੀਕ ਦੀ ਮੀਟਿੰਗ ਤੋਂ ਬਾਅਦ ਦੂਰ ਹੋਏ ਹਾਂ, ਇਹਦਾ ਸਾਥ ਦਿੱਤਾ ਸੀ ਬੜੇ। ਅੱਜ ਵੀ ਵੀਡੀਓ ਪਈਆਂ ਇਹਦੇ ਸਾਥ ਦੀਆਂ ਮੇਰੇ ਚੈਨਲ 'ਤੇ, ਜੇ ਅਸੀਂ ਚੋਰ ਹੁੰਦੇ ਡਿਲੀਟ ਕਰ ਦਿੰਦਾ ਮੈਂ। ਇਹਦਾ ਸਾਥ ਦਿੱਤਾ ਸੀ, ਕਿਉਂ ਦੂਰ ਹੋਏ ਉਹ ਸਾਰੀਆਂ ਮੈਂ ਗੱਲਾਂ ਕਰ ਚੁੱਕਿਆ ਮੈਂ ਬਾਹਰ, ਕਿਉਂਕਿ ਹਾਲੇ ਨਹੀਂ ਹੁਣ ਕਰਨੀਆਂ, ਹੁਣ ਏਕੇ ਦਾ ਵੇਲਾ। ਇੱਕ ਸਾਡਾ ਭਰਾ ਮੱਕੜ, ਮੈਂ ਉਹਦੀ ਪੱਤਰਕਾਰੀ 'ਤੇ ਕੋਈ ਸਵਾਲ ਨਹੀਂ ਚੱਕਿਆ, ਮੇਰਾ ਭਰਾ ਬਹੁਤ ਚੰਗਾ ਦੋਸਤ, ਬਹੁਤ ਉਹਦੀ ਤਾਰੀਫ ਕਰਦੇ ਹਮੇਸ਼ਾ, ਉਹਦੀ ਪੱਤਰਕਾਰੀ 'ਤੇ ਕੋਈ ਸਵਾਲ ਨਹੀਂ ਚੱਕਿਆ, ਉਹ ਕੋਈ ਹੁਣ ਮਾੜਾ ਕੰਮ ਨਹੀਂ ਕਰਦਾ। ਉਸ ਚੈਨਲ ਦੀ ਗੱਲ ਕੀਤੀ ਸੀ ਮੈਂ, ਅਤੇ ਚੈਨਲ ਉਸ ਸਟੈਂਡ 'ਤੇ ਮੈਂ ਕਾਇਮ ਹਾਂ, ਪਰ ਉਹ ਕਿਉਂ ਸੀ, ਉਹ ਕਾਹਦੇ ਲਈ? ਭਰਾ ਸਾਡੇ ਨੇ ਵੀ ਹਰ ਛੋਟੇ ਘਰ ਨੂੰ ਵੱਡਾ ਹੋਣ ਦਾ, ਆਮ ਘਰ ਦੇ ਬੱਚਾ ਵੱਡਾ ਹੋਵੇ, ਪਰ ਜਦੋਂ ਵੱਡਾ ਹੋਣਾ ਉਹਨੇ, ਉਹਨੂੰ ਇਹ ਸੋਚਣਾ ਪੈਣਾ ਕਿ ਉਹ ਜਿਸ ਬੰਦਿਆਂ ਦੇ ਨਾਲ ਕੰਮ ਕਰੂਗਾ, ਵੱਡੇ ਬੰਦੇ ਜਿਨ੍ਹਾਂ ਕਰਕੇ ਉਹਨੇ ਵੱਡਾ ਹੋਣਾ, ਉਹ ਬੰਦੇ ਕਿਵੇਂ ਦੇ ਆ? ਅਤੇ ਇਹਦੇ ਵਿੱਚ ਚਲੋ ਇਹ ਗੱਲਾਂ ਹਾਲੇ ਆਪਾਂ ਬਾਅਦ 'ਚ ਮੈਂ ਮੋਰਚਾ ਜਿੱਤ ਕੇ ਕਰੂੰਗਾ ਕਿ ਇਹਨਾਂ ਨੇ ਕਿੱਥੇ ਚੈਨਲ ਵਰਤਣਾ ਸੀ, ਇੱਥੇ ਕੁਛ ਨਹੀਂ। ਜਿਹੜੇ ਬੰਦੇ ਮੱਕੜ ਬਾਈ ਨੂੰ, ਸਾਡੇ ਭਰਾ ਨੂੰ ਵੀ
ना लैके, पर मक्कड़ दी पत्रकारी ते मक्कड़ ते कोई सवाल नहीं है मेरे वालों, डॉक्टर साहब ते मेरा कोई सवाल नहीं है, क्योंकि उस ट्रैप च फसे, सरकार दे ट्रैप बहुत वड्डे हुंदे आ, उस ट्रैप दे विच बहुत वड्डा रोल दीप दा जिहड़ा फसाया, बाकी गलती हुई है पर किसे तो गुनाह नहीं कोई होया, गलतियां माफ करके अगे वधिया जांदा, आपां मोर्चा जित्तना है। मेरी किसे नूं गल माड़ी लगी है, जिद्दण मैं जिन्हां नूं तुसीं कामरेड कहिंदे, जदों इन्हां नूं मैं स्टेज तों ठोकदा सी उदण तां किसे ने कोई नहीं मेरे नाल खड़े आ, अज जदों मैं जदीप दे इन्हां दे भेत खोले आ इहदे, तां तुसीं मैनूं वी गद्दार, मैनूं वी कामरेड, मैनूं वी पता नहीं की। साडे अंदर दर्द आ, असीं दर्द लै के तुरे होए आ मेरे भराओ, ते जिथे मैं जिन्ना मैं ठोकिया, मेरी वीडियो पईआं ने, दसो कि हर वीडियो तो पई है यार नैट ते, हर मेरे पेज ते पई है, दसो कित्थे शरेआम स्टेज ते नहीं ठोकिया। ते मैं हुण मेरी है, चाहे उन्हों बेनती समझ लो, चाहे चेतावनी सारे किसान आगू के तुसी बड़े सुंगड़ियां सुंगड़ियां दिलियां ही है ना रखो, बड़े दिल रखो, तुहाडे नाल नाल खड़े हाँ नौजवानी हिक ठोके खड़े हाँ। तो जे हुण तुसी ये मतलब नहीं देंदे साथ लखेरां दा, जां तुसी कट्ठे नहीं हुंदे एक दूजे दे दूषणबाजियां करोगे, तो मैं भुख हड़ताल ते बैठूंगा। यह मेरी चेतावनी है, इहनूं चेतावनी समझ लो, इहनूं मेरी बेनती समझ लो कि इत्थों तक नौबत ना आवे, कट्ठे रहो, असी जदों कट्ठे हाँ सारे, जदों पंजाब हरियाणा हर कोई कट्ठा हो गया, तो तुहाडी पता नहीं की तुहानूं बयान देण लग्गिया, तां मैं सानूं पता कट्ठे हो तुसी उस लैवल ते जदों सरकार नाल गल करनी है, पर स्टेजां ते तुहानूं की हो जांदा, बजुर्ग बुढ़े बंदे 80-80 साल दे 70 साल दे तुहानूं बयान देण लग्गे नहीं पता लगता, क्यों ये नहीं मुंडे साढ़े, हर कोई अपना, हर कोई साडा है, कोई साडा दुश्मन नहीं, कोई इत्थे कोई बकाऊ नहीं है, सिर्फ एक नूं छड्ड के वह सोच समझ के प्लैनिंग नाल आया बंबे वाला, उहदी नहीं। तुसीं अज मेरा विरोध करो, सारे भरा बारले भी कल भी करो, मेरा जिथे स्टैंड है उत्थे मेरा स्टैंड है, अक के बोलिया जी, पर जिथे इत्थे भी स्टैंड है, इत्थे जथेबंदियां गलत करनगियां, ठोकांगे, पहलां भी ठोके, कहांगे उहनां नूं मूंह ते भी कहांगे, लोकां नूं भी दसांगे, पर अज वेला कट्ठे रहिण दा। बाकी कोई किसी तो कोई भी गल है मैं भजया, हर किन्ने भरावां नाल गल कीती है, पर कमेंट जिहड़े तुसीं थल्ले करदे हो, जिहड़ियां मेरियां पोस्टां ते मेरे इंस्टाग्राम ते, उह तां सोचो कि उत्थे लोकां दीआं धीआं पैणा वी आ, उत्थे सब दीआं धीआं पैणा, उह वी पढ़दीआं, मैनूं कोई असर नहीं, मेरे ते की असर है, जलूस तां तुहाडा अपना कढ़दे हो। जे असीं इक बंदे दी तरीफ करदे हां तां असीं सिर्फ तरीफ ही चाहुंदे हां, तुसीं सच नहीं चाहुंदे, सच दस्सिआ, पर जे मैं विरोध ही करना हुंदा, मैं लखे दा क्यों नहीं कीता उस दिन विरोध, क्योंकि मैनूं पता सी उह बंदे नहीं, उह बंदे दी कोई गलती नहीं है, ਉਹ ਬੰਦੇ ਨੇ ਰੋਕਿਆ ਲੋਕਾਂ ਨੂੰ ਜਦੋਂ ਉਹਨੂੰ ਪਤਾ ਲੱਗਿਆ ਕਿ ਲਾਲ ਕਿਲੇ 'ਤੇ ਟ੍ਰੈਪ 'ਚ ਫਸ ਗਏ, ਉਹਨੇ ਰੋਕਿਆ ਹੈ, ਉਹਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਸੀ, ਉਹਦੀ ਚਿੰਤਾ ਵੇਖਣ ਵਾਲੀ ਸੀ ਉਸ ਟਾਈਮ, ਸਾਨੂੰ ਇਹਨਾਂ ਚੀਜ਼ਾਂ ਨੂੰ ਵੇਖਣਾ ਪੈਣਾ। ਅਤੇ ਜਥੇਬੰਦੀਆਂ ਨੂੰ ਮੇਰੀ ਅਪੀਲ ਹੈ ਕਿ ਸਾਥ ਦਿਓ, ਜੇ ਲੱਖਾਂ ਪੁਲਿਸ ਫੜੂਗੀ ਤਾਂ ਪਰ ਸਾਨੂੰ ਵੀ ਫੜੂਗੀ, ਫਿਰ ਅਸੀਂ ਮਰਨ ਵਰਤ ਵੀ ਬੈਠਾਂਗੇ, ਆਪਣੇ ਬੰਦੇ ਲਈ ਛਡਾਉਣ ਲਈ, ਜੇ ਉਹਨੂੰ ਜੇਲ੍ਹ 'ਚ ਲੈ ਕੇ ਜਾਣਗੇ ਉੱਥੇ ਅਸੀਂ ਮਰਨ ਵਰਤ 'ਤੇ ਬੈਠਾਂਗੇ, ਅਸੀਂ ਭੁੱਖ ਹੜਤਾਲ 'ਤੇ ਬੈਠਾਂਗੇ, ਸਿੱਧ ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਆਪਣੀ ਗੱਲ ਕਰਦਾ। ਅਤੇ ਤੁਸੀਂ ਜਿਹੜੀ ਦੂਜੇ ਭਰਾਵਾਂ ਨਾਲ, ਠੀਕ ਆ ਉਹਨਾਂ ਤੋਂ ਗਲਤੀ ਹੋਈ ਆ, ਤੁਹਾਡੇ ਤੋਂ ਵੀ ਗਲਤੀਆਂ ਹੋਈਆਂ ਨੇ, ਭੰਦੇਰਾ ਨਾਲ ਤੋਂ ਗਲਤੀ ਹੋਈ ਆ, ਪਰ ਉਹ ਗਲਤੀ ਨੂੰ ਛੱਡ ਕੇ ਉਹ ਭਰਾਵਾਂ ਦੀ ਅੱਜ ਲੋੜ ਆ, ਉਹ ਕੰਧ ਕੱਢੋ ਵਿੱਚੋਂ, ਸਟੇਜ ਇੱਕ ਕਰੋ ਅਤੇ ਇਕੱਠੇ ਲੜੋ, ਅਤੇ ਆਪਾਂ ਲੜ ਕੇ ਜਿੱਤਾਂਗੇ। ਜਿੱਦਣ ਵਾਪਸ ਆ ਜਾਓਗੇ ਪੰਜਾਬ 'ਚ, ਜਿਹਨੂੰ ਜੋ ਕਹਿਣਾ ਉਹਨੂੰ ਮਾਰਨਾ ਗੋਲੀ ਮਾਰ ਦਿਓ, ਬਾਹਰ ਵਾਲਿਆਂ ਨੇ ਭਰਾਵਾਂ ਨੂੰ ਬੇਨਤੀ ਹੈ, ਜਿਹਨੂੰ ਵੱਢਣਾ ਵੱਢ ਦਿਓ, ਜਿਹਨੂੰ ਠੋਕਣਾ ਠੋਕ ਦਿਓ, ਉਹ ਬਾਅਦ ਦੀਆਂ ਗੱਲਾਂ ਨੇ। ਅੱਜ ਸਾਡਾ ਦੁਸ਼ਮਣ ਵੱਡਾ ਅਤੇ ਅਸੀਂ ਸਾਨੂੰ ਇੱਕ ਹੋਣ ਦੀ ਲੋੜ ਹੈ, ਉਹ ਸਾਡੀਆਂ ਫੁੱਟਾਂ ਕਰਕੇ ਕਿਤੇ ਦੁਸ਼ਮਣ ਸਾਡਾ ਫਾਇਦਾ ਨਾ ਚੁੱਕੇ, ਇਹ ਤੁਹਾਨੂੰ ਚੀਜ਼ ਸਮਝਣੀ ਪੈਣੀ ਹੈ। ਬਾਕੀ ਮੈਂ ਫਿਰ ਸਾਰੀ ਜਨਤਾ ਨੂੰ ਕਹਿੰਦਾ ਕਿ ਆਓ ਆਪਾਂ ਲੱਖੇ ਬਾਈ ਦੇ ਨਾਲ ਐਡਾ ਕੁ ਪ੍ਰੈਸ਼ਰ ਬਣਾਈਏ ਕਿ ਪੁਲਿਸ ਦੀ ਐਸੀ ਦੀ ਤੈਸੀ ਯਾਰ, ਕਿਸੇ ਦੀ ਵੀ ਐਸੀ ਦੀ ਤੈਸੀ, ਸਰਕਾਰ ਦੀ ਸੈਂਟਰ ਦੀ ਗੱਲ ਕਿ ਚੱਕ ਜੇ, ਕੀ ਮਾੜਾ ਕਰਤਾ ਉਹਨੇ, ਕੀ ਮਾੜਾ ਕਰਤਾ ਉਹਨੇ, ਠੀਕ ਆ ਨਾ। ਅਤੇ ਬਾਕੀ ਜਥੇਬੰਦੀਆਂ ਨੂੰ ਗਲਤੀ ਹੁੰਦੀ ਹੈ, ਬੰਦਾ ਸਰਕਾਰ ਹੈ, ਸਰਕਾਰ ਦੇ ਟ੍ਰੈਪ 'ਚ ਫਸਿਆ ਜਾਣਾ, ਕੋਈ ਛੋਟੀ ਮੋਟੀ ਧਰ ਨਾਲ ਥੋੜ੍ਹਾ ਲੜ ਰਹੇ ਹਾਂ ਆਪਾਂ, ਪਰ ਬਾਹਰਲਿਆਂ ਨੂੰ ਮੇਰੀ ਜਿਹੜੇ ਹੁਣ ਵੀ ਦੀਪ ਦੇ ਮਗਰ ਆ, ਹੈ ਨਾ, ਸੋਰੀ ਉਹਦਾ ਨਾਂ ਹੀ ਨਹੀਂ ਸੀ ਲੈਣਾ ਚਾਹੁੰਦਾ ਮੈਂ ਤਾਂ, ਬੰਬੇ ਵਾਲਾ ਕ੍ਰਾਂਤੀਕਾਰੀ ਵੱਡਾ, ਉਹਦੇ ਤੋਂ ਬਚ ਜਾਓ, ਉਹਦੇ ਤੋਂ ਬਚ ਜਾਓ। ਦੱਸੋ ਕਿਉਂ, ਕਹਿੰਦਾ ਮੈਨੂੰ ਦੁੱਕੀ ਦਾ ਬੰਦਾ, ਦੱਸਾਂਗੇ ਦੁੱਕੀ ਦਿਆਂ ਕਿ ਟਿੱਕੀ ਦਿਆਂ, ਹੈ ਨਾ, ਜਿੱਦਣ ਨਾਲ ਸਾਥ ਦੇਣਾ ਸੀ ਉੱਦਣ, ਪਰ ਹੁਣ ਇਹ ਗੱਲਾਂ ਕਰਨ ਦਾ ਵੇਲਾ ਹੀ ਨਹੀਂ ਹੈ, ਹੁਣ ਵੇਲਾ ਹੈ ਲੱਖੇ ਦਾ ਸਾਥ ਦੇਣਾ, ਲੱਖਾਂ ਨੌਜਵਾਨੀ ਦਾ ਸਾਥ ਦੇਵੇ, ਨੌਜਵਾਨੀ ਲੱਖੇ ਦਾ ਸਾਥ ਦੇਵੇ, ਜਥੇਬੰਦੀਆਂ ਸਭ ਦਾ ਸਾਥ ਦੇਣ, ਸਭ ਨੂੰ ਨਾਲ ਲੈ ਕੇ ਚੱਲਣ, ਅਤੇ ਜਿਹੜੀ ਆਪਸੀ ਪਹਿਲਾਂ ਵੀ, ਸਗੋਂ ਪਹਿਲਾਂ ਜੇ ਦੋ ਸਟੇਜਾਂ ਸੀ, ਹੁਣ ਤਾਂ ਤੁਹਾਨੂੰ ਉਹ ਤੋੜ ਕੇ ਕੰਧ, ਜਿਵੇਂ ਭਰਾ ਕੱਢ ਦਿੰਦੇ ਉਵੇਂ ਕੱਢ ਕੇ ਕੰਧ ਇੱਕ ਹੋ ਜਾਓ। ਅਤੇ ਬਾਕੀ ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ ਹੈ, ਮੇਰੇ ਤੁਸੀਂ ਸਾਰੇ ਹੋ, ਮੈਨੂੰ ਗਾਲਾਂ ਕੱਢਣ ਵਾਲੇ ਵੀ ਮੇਰੇ ਹੀ ਹੋ, ਮੇਰੇ ਨਾਲ ਰਹਿਣ ਵਾਲੇ ਤਾਂ ਮੇਰੇ ਹੀ ਹੋ, ਅਤੇ ਜਿਹੜੇ ਮੇਰੇ ਵਿਰੋਧੀ ਹੈ ਤੁਹਾਨੂੰ ਕੋਈ ਗੁੱਸਾ ਗਿਲਾ, ਤੁਹਾਨੂੰ ਤੁਸੀਂ ਦੀਪ ਦੇ ਸਪੋਰਟਰ ਹੋ ਨਹੀਂ ਹੋ, ਪਰ ਤੁਸੀਂ ਮੇਰੇ ਹੋ, ਬਾਕੀ ਸੱਚ ਸਮੇਂ ਸਮੇਂ ਦੇ ਆਉਂਦਾ। ਅਤੇ ਜਿੱਥੇ ਅਸੀਂ ਲੜਾਈ ਕਿਸਾਨੀ ਲਈ ਲੜ ਰਹੇ ਹਾਂ, ਅਤੇ ਜਿੰਨਾ ਚਿਰ ਨਹੀਂ ਜਿੱਤਦੇ ਲੜਾਂਗੇ, ਹਿੱਕ ਠੋਕ ਕੇ ਲੜਾਂਗੇ, ਜਿੱਤਾਂਗੇ, ਨਹੀਂ ਤਾਂ ਮਰਾਂਗੇ।
ठीक है ना, लड़ांगे जितांगे, नहीं तो फिर मरांगे, चाहे सरकार की गोली नाल मरीए चाहे उत्थे भुख ते भुखे मरीए, पर ऐ नहीं भजदे, ऐ नहीं भजदे। ये गल विश्वास रखियो। बाकी मेरी फिर बेनती है कि मैं जे नहीं तुसी काम करोगे फिर मैं भुख हड़ताल ते बैठूंगा। यार तुसी सारे नूं नाल लैके चलो, आपां बहुत नेड़े हाँ, बहुत नेड़िया जित दी। अज हरियाणा किन्नी वड्डी तदाद च खड़ा हो चुका है, अज यूपी किन्नी तदाद च खड़ा हो चुका है। बाकी मेरी लीडरां नूं बेनती है पोलीटिकली, तुसी साडे इमोशन नाल ना खेडो। जे अज टैकैसर रो के साडा मोर्चा खड़ा होया तां उत्थे बाले ड्रामे करन दी हुण लोड़ नहीं, सपोर्ट करो, जाके सरकार ते प्रेशर पाओ, उत्थे बैठो भुख हड़ताल ते। तुसी सारे लीडर, चाहे अकाली ने, चाहे कांग्रेसी ने, चाहे आम आदमी ने, चाहे कोई ने, तुसी हुण इधर साडे नाल घुसपैठ जी करन दी कोशिश ना करो। ये भी मेरी बेनती है। ते बाकी कट्ठे रहिए भराओ, दूषणबाजियां छड्डिए, ते सारे रल के एके नाल चलीए, जंग जितीए। उदू बाद किन्ने की कीता, ये तोड़ नबेड़े करांगे, ये निपटारे करांगे, पर एको बंदे लई मेरा स्टैंड रहूगा। पर हुण नहीं बोलूंगा, मैं हुण नहीं बोलूंगा। कोई भी जिहड़े मैनू इंटरव्यू वाले सवाल करदे आ भरा, जां पत्रक मीटिंग दे इंटरव्यू कर, मेरी बेनती है किसानी वास्ते मेरे नाल गल करो। मैनू आ चटकारे लैण लई, स्वाद लैण लई, जां वी मैं उहदे लई बोल पब्लिसिटी, मैनू कुछ ऐसा नहीं चाहीदा। मैं किसे लई कुछ नहीं बोलना, ठीक है। मैं अपना ठोक के जिहड़ियां गल्लां कहीआं ने उह कह चुके आ, उह सच ने, उह सच ने। बाकी किसे नाल कोई रौला नहीं है। जथेबंदियां नूं ठोकदा जिन्ना मैं रहा, मेरे जिन्ना किसे ने नहीं जवाब दित्ता ठोक के। ते जथेबंदियां नूं मैं परसों वी गल्लां ठोक के होईआं, ठोक के कीतीआं, ठीक है ना। ते किस लैवल ते कीतीआं, चाहे बापू डल्लेवाल साहब नूं पुछिओ फोन करके कि गल मुंडे ने की किया, मुंडा बलजीत है उहनूं पुछिओ की किया, है ना। ऐ नहीं मूँह मोड़ देंदे, ऐ नहीं मूँह मोड़ देंदे, ठीक है ना। बाकी दो दिन हौसला बहुत टुटा सी कि असीं खत्म हो गए। 28 तरीक शाम नूं बोलिया सी, जो बोलिया सी सच बोलिया सी। उहदे च इह वी बहुत बंदे साडे ट्रैप च फसे सरकार दे, ते इक साडे बंदे दे मिली भुगत है जिहड़ी उहदे नाल गलती होई है। पाप किसे तो नहीं होया, ते गलतियां माफ करके अग्गे इकट्ठे होके बधो। ये मेरियां बेनतियां। किसे नूं कोई मेरी गल माड़ी लगी है, मेरी गल ते कोई गुस्सा है, मेरे ते कोई गुस्सा है, तुहाडा गुस्सा सिर मत्थे, तुहानूं जो तुहाडी सज़ा है सिर मत्थे। पर मैं ना गद्दार हाँ, ना गद्दारी मेरे खून च है। मरांगे, जित्तांगे, लड़ांगे, ठीक है ना, लड़ांगे, जित्तांगे, नहीं तो फिर मरांगे। ये गल पक्की है। ये हिक ठोक के कहने हैं, हिक ठोक के मर्दा वांगू, मर्दा वांगू लड़िया, तो मर्दा वांगू लड़ांगे, ठीक है। ड्रामे नहीं आते एक्टर वांगू सानू करने, ना किते है। तो मैं एक बार फिर तेनू जाके पहले उन्होंने सिर च पग रखूंगा, उन्होंने पैरों च जथेबंदियों के, कि बंदे वाले काम करो, बयानबाजियां सोच समझ के करो। तो उस तो बाद जो नहीं मनणगे मैं भुख हड़ताल पर बैठूंगा। जो एक नहीं होंगे, जे किसी का भी साढ़े सारे भरावों का साथ नहीं देंगे, तो बेनती है। वाहिगुरू जी खालसा, वाहिगुरू जी की फतेह। किसान मजदूर एकता, जिंदाबाद, जित्तांगे।